बिरसा विहार जालंधर में गायक पवन प्रीत की नई एल्बम तुसी सतगुरु पत्थर तारे ने का विमोचन किया गया, जिसे बिरसा विहार के वाइस चेयरमैन संगत राम सचिव गुरमीत सिंह की ओर से रिलीज किया गया। इस मौके पर प्रसिद्ध लेखक मदन जालंधरी, म्यूजिक डायरेक्टर कुलजीत, जगदीश कुमार डालिया, रमेश मोदगिल, मंजीत सिंह, जगदीश कटारिया, विजय गुप्ता, राकेश लोच, राकेश चौहान, सीमा, विजय शर्मा, राकेश शांतिदूत, राजीव लोच, डॉक्टर संजीव निमाना भी मौजूद रहे। जालंधर से हलचल के लिए कैमरामैन सुदेश भगत की रिपोर्ट। दोस्तों, मैं थोड़ा अपना पंजाबी गीतकार लेखक मदन जालंधरी। ਮੇਰੇ ਨਾਲ ਇਹ ਜਿੰਨੀਆਂ ਵੀ ਮਹਾਰਾਜ ਹਸਤੀਆਂ, ਸੱਭਿਆਚਾਰਕ, ਸਮਾਜਿਕ ਔਰ ਸੰਗੀਤ ਨਾਲ ਜੁੜੀਆਂ ਸ਼ਖਸੀਅਤਾਂ ਕਿਸੇ ਜਾਣ ਪਛਾਣ ਦੀਆਂ ਮਹਤਾਜ ਨਹੀਂ ਆ। ਇਹ ਮੌਕਾ ਹੈ ਕਿ ਪਵਨ ਅਤਰੀ ਸਾਹਿਬ ਦੀ ਕਲਮ ਤੋਂ ਲਿਖਿਆ ਹੋਇਆ ਗੀਤ ਤੁਸੀਂ ਸਤਿਗੁਰੂ ਪੱਥਰ ਤਾਰੇ ਨੇ, ਡਿਵੋਸ਼ਨਲ ਸੌਂਗ, ਜਿਸ ਦੇ ਗਾਇਕ ਨੇ ਪਵਨਪ੍ਰੀਤ ਜੀ, ਮਿਊਜ਼ਿਕ ਦਿੱਤਾ ਬਹੁਤ ਹੀ ਮਹਾਨ ਹਸਤੀ ਸਾਡੇ ਸੰਗੀਤਕਾਰ ਕੁਲਜੀਤ ਜੀ ਨੇ, ਔਰ ਇਹਦਾ ਵੀਡੀਓ ਰੋਹਿਤ ਅੰਗਰਾਲ ਜੀ ਨੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਏਗਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਮਿਊਜ਼ਿਕ ਡਾਇਰੈਕਟਰ ਕੁਲਜੀਤ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਹੀ ਨਾਮਵਰ ਸ਼ਖਸੀਅਤ ਮਦਨ ਜਲੰਧਰੀ ਜੀ, ਜਿਨ੍ਹਾਂ ਦੀ ਪੇਸ਼ਕਸ਼ ਅੱਜ ਦੀ ਜਿਹੜੀ ਗੀਤ ਰਿਲੀਜ਼ ਕਰਨ ਜਾ ਰਹੇ ਹੈ ਤੁਸੀਂ ਸਤਿਗੁਰ ਪੱਥਰ ਤਾਰੇ ਨੇ, ਸੋ ਇਸਨੂੰ ਗਾਇਆ ਪਵਨ ਪ੍ਰੀਤ ਨੇ ਔਰ ਪਵਨ ਅਤਰੀ ਜੀ ਜਿਹੜੇ ਸਾਡੇ ਕਿ ਬਹੁਤ ਹੀ ਵਧੀਆ ਰਾਈਟਰ ਨੇ, ਉਹਨਾਂ ਨੇ ਲਿਖਿਆ ਹੈ। ਦੋਸਤੋ, ਮੈਂ ਤੁਹਾਡਾ ਆਪਣਾ ਪਵਨ ਅਤਰੀ। ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਹਰ ਸਾਲ ਅਸੀਂ ਗੁਰੂ ਮਹਾਰਾਜ ਦੀ ਚਰਨਾਂ ਵਿੱਚ ਹਾਜ਼ਰੀ ਲਾਉਂਦੇ ਹਾਂ ਗੀਤ ਕਰਕੇ। ਇਸ ਵਾਰ ਵੀ ਅਸੀਂ ਗੀਤ ਕੀਤਾ ਆ ਜਿਸਨੂੰ ਗਾਇਆ ਪਵਨ ਪ੍ਰੀਤ ਜੀ ਨੇ ਔਰ ਸੰਗੀਤਬੱਧ ਕੀਤਾ ਮਸ਼ਹੂਰ ਇੰਟਰਨੈਸ਼ਨਲ ਜਿਹੜੇ ਸੰਗੀਤਕਾਰ ਸਾਡੇ ਕੁਲਜੀਤ ਜੀ ਨੇ ਔਰ ਇਹਨਾਂ ਨੂੰ ਪੇਸ਼ ਕਰ ਰਹੇ ਆ ਮਦਨ ਜਲੰਧਰੀ ਸਾਹਿਬ। ਮੈਂ ਸੰਗਤ ਰਾਮ, ਵਾਈਸ ਚੇਅਰਮੈਨ ਬਿਰਸਾ ਵਿਹਾਰ ਜਲੰਧਰ, ਔਰ ਅੱਜ ਅਸੀਂ ਸਾਰੇ ਇੱਥੇ ਪਵਨ ਅਤਰੀ ਜੀ ਦਾ ਲਿਖਿਆ ਹੋਇਆ ਔਰ ਪਵਨਪ੍ਰੀਤ ਜੀ ਦਾ ਗਾਇਆ ਹੋਇਆ ਗੀਤ ਰਿਲੀਜ਼ ਕਰਨ ਵਾਸਤੇ ਇਕੱਠੇ ਹੋਏ ਹਾਂ, ਔਰ ਇਹ ਗੀਤ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਗੀਤ ਹੈ ਤੁਸੀਂ ਸਤਿਗੁਰੂ ਪੱਥਰ ਤਾਰੇ ਨੇ। ਜਿਹੜੀ ਪੇਸ਼ਕਸ਼ ਹੈ ਉਹ ਮਦਨ ਜਲੰਧਰੀ ਸਾਹਿਬ ਦੀ ਪੇਸ਼ਕਸ਼ ਹੈ।